ਲੁਧਿਆਣੇ ਦੇ ਦੋ ਗੈਂਗਸਟਰ, ਇੱਕ ਜਿਹੜਾ ਜਿੰਦੀ ਜਤਿੰਦਰ ਉਰਫ ਜਿੰਦੀ, ਜਿਹੜਾ ਕਿ ਪਿਛਲੇ 5 ਸਾਲਾਂ ਤੋਂ ਭਗੌੜਾ ਸੀ, ਤੇ ਪੁਨੀਤ ਬੈਂਸ ਜਿਹੜਾ ਜਤਿੰਦਰ ਜਿੰਦੀ ਆ ਉਹ ਜਿਹੜਾ ਬੀ ਕੈਟਾਗਰੀ ਦਾ ਗੈਂਗਸਟਰ ਹੈ, ਤੇ ਪੁਨੀਤ ਬੈਂਸ ਹੈ ਜਿਹੜਾ ਸੀ ਕੈਟਾਗਰੀ ਦਾ ਗੈਂਗਸਟਰ ਹੈ। ਅਸੀਂ ਇਹਨਾਂ ਦੋਵਾਂ ਨੂੰ ਫੜਿਆ, ਇਹਨਾਂ ਦੇ ਵਿੱਚੋਂ ਜਿਹੜੇ ਟੋਟਲ 9 ਵੈਪਨਸ ਰਿਕਵਰ ਹੋਏ ਆ, ਜਿਹਦੇ ਵਿੱਚੋਂ 32 ਬੋਰ ਦੇ 5, 30 ਬੋਰ ਦੇ 3 ਤੇ 12 ਬੋਰ ਦਾ 1। ਇਹਦੇ ਵਿੱਚ ਜਿਹੜਾ ਜਤਿੰਦਰ ਜਿੰਦੀ ਦੇ ਅਗੇਂਸਟ 18 ਪਰਚੇ ਦਰਜ ਹੈ ਵੱਖ ਵੱਖ ਪੰਜਾਬ ਦੇ ਹਿੱਸਿਆਂ 'ਚ, ਤੇ ਪੁਨੀਤ ਬੈਂਸ ਦੇ ਉਲਟ 12 ਪਰਚੇ ਦਰਜ ਹੈ। ਇਹਦੇ ਵਿੱਚ ਜਿਵੇਂ ਕਿ 25 ਮਈ ਨੂੰ ਇੱਕ ਸਾਡੀ ਪ੍ਰੈਸ ਕਾਨਫਰੰਸ ਹੋਈ ਸੀ, ਉਹਦੇ 'ਚ ਦੱਸਿਆ ਗਿਆ ਸੀ ਕਿ ਜਿੰਨੇ ਵੀ ਵਾਂਟਡ ਬੰਦੇ ਆ ਲੁਧਿਆਣੇ ਵਿੱਚ ਜਿਨ੍ਹਾਂ ਨੇ ਕ੍ਰਾਈਮ ਕੀਤਾ ਜਾਂ ਕ੍ਰਾਈਮ ਕਰ ਰਹੇ ਆ, ਉਹ ਜਾਂ ਤਾਂ ਕ੍ਰਾਈਮ ਕਰਨਾ ਛੱਡ ਦੇਣ, ਨਹੀਂ ਸਾਡੀ ਟੀਮ ਬੜੀ ਕਾਬਲ ਤੇ ਬੜੀ ਸਕਸ਼ਮ ਹੈ ਇਸ ਗੱਲ ਦੇ ਵਿੱਚ, ਅਸੀਂ ਉਹਨਾਂ ਨੂੰ ਸਾਰੇ ਕ੍ਰਿਮੀਨਲ ਦੇ ਅਗੇਂਸਟ ਕਾਰਵਾਈ ਕਰਾਂਗੇ। ਉਸੇ ਕੜੀ ਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਵੀ ਦੋ ਗੈਂਗਸਟਰ ਲੁਧਿਆਣੇ ਜਿਹੜੇ ਕਿ ਲੁਧਿਆਣੇ ਨਾਲ ਸੰਬੰਧਿਤ ਸੀ, ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ ਹਾਂ। 9 ਵੈਪਨ ਇਹਨਾਂ ਤੋਂ ਰਿਕਵਰ ਹੋ ਗਏ ਆ। ਜਿਵੇਂ ਕਹਿੰਦੇ ਆ ਵੀ ਸਭ ਕ੍ਰਾਈਮ ਕਰਨ ਵਾਲੇ ਫੜੇ ਜਾਣਗੇ, ਇੱਥੇ ਅਸੀਂ ਰੱਖਿਆ ਹੋਇਆ ਵੀ ਸਭ ਫੜੇ ਗਏ ਤੇ ਜਿਹੜੇ ਬਾਹਰ ਕੁਛ ਹਜੇ ਰਹਿ ਗਏ ਆ ਉਹਨਾਂ ਨੂੰ ਫੜ ਕੇ ਅਸੀਂ ਹਵਾਲਾਤਾਂ ਦੇ ਵਿੱਚ ਬੰਦ ਕਰਾਂਗੇ। ਇਸ ਕਰਕੇ ਲੁਧਿਆਣੇ ਕੋਈ ਕ੍ਰਾਈਮ ਕਰੂਗਾ, ਸਾਡੀ ਟੀਮ ਦੀ ਨਿਗਾਹ, ਅਸੀਂ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਅੰਦਰ ਕਰਾਂਗੇ। ਤੁਹਾਡੀ ਕੋਈ ਕੁਐਰੀ ਹੈ ਤਾਂ ਪਲੀਜ਼ ਉਹਦੇ 'ਚ। ਇਹਦੇ ਵਿੱਚ ਜਿਹੜੇ ਆ ਜਤਿੰਦਰ ਜਿੰਦੀ ਦੇ ਅਗੇਂਸਟ ਲੁੱਟ ਖੋਹ ਦੇ ਤੇ ਲੜਾਈ ਝਗੜੇ ਦੇ ਵੱਖ ਵੱਖ, ਇਵੇਂ ਪੁਨੀਤ ਬੈਂਸ ਦੇ ਅਗੇਂਸਟ ਹੈ, ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਵਿਆ। ਇਹਦੇ ਵਿੱਚੋਂ ਇਹਨਾਂ ਦੀ ਅੱਗੇ ਹੋਰ ਇਹਨਾਂ ਦਾ ਪਾਸਟ ਪਿਛਲੇ 5 ਸਾਲ ਤੋਂ ਜਦੋਂ ਭਗੌੜੇ ਸੀ, ਕਿਹੜੇ ਕਿਹੜੇ ਬੰਦਿਆਂ ਨਾਲ ਲਿੰਕ ਸੀਗਾ ਤੇ ਕਿਹੜੇ ਬੰਦੇ ਇਹਨਾਂ ਨੂੰ ਪ੍ਰੋਟੈਕਸ਼ਨ ਦੇ ਰਹੇ ਸੀਗੇ, ਉਹ ਵੀ ਅਸੀਂ ਪੜਤਾਲ ਕਰਾਂਗੇ। ਪਲੱਸ ਇਹਦੇ ਨਾਲ ਨਾਲ ਇਹਨਾਂ ਦਾ ਡਰੱਗ ਦੇ ਜਿਹੜਾ ਜੋ ਕਾਰੋਬਾਰ ਚੱਲ ਰਿਹਾ ਉਹਦੇ ਵਿੱਚ ਕੀ ਲਿੰਕ ਸੀ, ਉਹਦੀ ਵੀ ਅਸੀਂ ਪੜਤਾਲ ਕਰਾਂਗੇ। ਹਾਂਜੀ, ਇਹ ਜਿਹੜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ, ਵੈਪਨ ਕਿੱਥੋਂ ਆਏ ਤੇ ਹੁਣ ਇਹਨਾਂ ਨੇ ਆਪਦੇ ਗਰੁੱਪ ਦੇ ਮੈਂਬਰ ਨੂੰ ਕਿੱਥੇ ਕਿੱਥੇ ਕਿਹਨੂੰ ਕਿਹਨੂੰ ਵੈਪਨ ਦਿੱਤਾ ਹੋਇਆ, ਉਹ ਬੰਦਿਆਂ ਨੂੰ ਵੀ ਅਰੈਸਟ ਕਰਾਂਗੇ, ਉਹਨਾਂ ਤੋਂ ਵੈਪਨ ਵੀ ਰਿਕਵਰ ਕਰਾਂਗੇ। ਇਸ ਤੋਂ ਇਲਾਵਾ ਇੱਕ ਹੋਰ ਬੜੀ ਇੰਪੋਰਟੈਂਟ ਗੱਲ, ਜਿਹੜੀ ਚਾਈਲਡ ਪ੍ਰੋਨੋਗ੍ਰਾਫੀ ਜਿਹੜੀ ਹੈ, ਕਿਤੇ ਵੀ ਜਿਹੜੀ ਪ੍ਰੋਨ ਵੀਡੀਓਜ਼ ਹੈ ਉਹਨੂੰ ਹਮੇਸ਼ਾ ਹੀ ਬੁਰਾ ਮੰਨਿਆ ਜਾਂਦਾ, ਤੇ ਸਪੈਸ਼ਲੀ ਜਿੱਥੇ ਬੱਚਿਆਂ ਨੂੰ ਐਕਸਪਲਾਇਟ ਕਰਕੇ ਬੱਚੇ ਬੇਸਮਝ ਹੁੰਦੇ ਆ, ਉਹਨਾਂ ਦੀਆਂ ਜਿਹੜੀਆਂ ਨਿਊਡ ਜਿਹੜੀਆਂ ਵੀਡੀਓਜ਼ ਬਣਾ ਕੇ ਉਹ ਆਪਾਂ ਨੂੰ ਯੂਨੀਅਨ ਗਵਰਨਮੈਂਟ ਵੱਲੋਂ ਇੱਕ ਸਾਨੂੰ ਟਿਪਸ ਆਉਂਦੀਆਂ, ਉਹਦੇ ਵਿੱਚੋਂ ਸਾਡੇ ਸਾਈਬਰ ਸਟੇਟ ਸੈੱਲ ਦੇ ਵਿੱਚ ਉਹ ਟਿਪਸ ਆਉਂਦੀਆਂ, ਉਸ ਤੋਂ ਬਾਅਦ ਡਿਸਟ੍ਰਿਕਟਸ ਨੂੰ ਸ਼ੇਅਰ ਕਰਦੇ ਹਾਂ। ਸਾਡੇ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਟਿਪਸ ਸ਼ੇਅਰ ਹੋਈਆਂ ਸੀ, ਉਹਦੇ ਵਿੱਚੋਂ ਅਸੀਂ 5 ਮੁਕੱਦਮੇ ਜਿਹੜੇ ਕਿ 5 ਵੱਖ-ਵੱਖ ਲੋਕ ਜਿਹੜੇ ਪ੍ਰੋਨੋਗ੍ਰਾਫੀ ਬੱਚਿਆਂ ਦੀ ਚਾਈਲਡ ਪ੍ਰੋਨੋਗ੍ਰਾਫੀ ਸੀ, ਜਿਹਨੂੰ ਦੇਖ ਰਹੇ ਸੀ, ਦੇਖਣ ਦੇ ਨਾਲ ਨਾਲ ਅੱਗੇ ਸ਼ੇਅਰ ਕਰ ਰਹੇ ਸੀ, ਉਹ ਅਸੀਂ 5 ਮੁਕੱਦਮੇ ਦਰਜ ਕਰਕੇ ਉਹ ਅਰੈਸਟ ਕੀਤੇ ਆ। ਤੁਹਾਡੇ ਜ਼ਰੀਏ ਮੈਂ ਯੰਗਸਟਰ ਨੂੰ ਤੇ ਖਾਸ ਤੌਰ ਤੇ ਸਟੂਡੈਂਟਸ ਨੂੰ ਮੈਂ ਉਹਦੇ ਵਿੱਚੋਂ ਕਹਿਣਾ ਚਾਹੂੰਗਾ, ਕਈ ਵਾਰੀ ਬੇਸਮਝੀ ਦੇ ਵਿੱਚ ਅਸੀਂ ਦੇਖਦੇ ਹਾਂ ਜਾਂ ਦੇਖਣ ਤੋਂ ਬਾਅਦ ਸ਼ੇਅਰ ਕਰ ਦਿੰਦੇ ਹਾਂ, ਵੱਖ ਵੱਖ ਥਾਵਾਂ ਤੇ ਸੋਸ਼ਲ ਮੀਡੀਆ ਤੇ ਕੀ ਗੱਲਾਂ ਹੋ ਰਹੀਆਂ, ਕਿਹੜੇ ਸਮਾਜ ਦੇ ਵਿੱਚ ਗਲਤ ਕੰਮ ਹੋ ਰਿਹਾ, ਕਈ ਪਾਸਿਓਂ ਨਿਗਾਹ ਰੱਖੀ ਜਾ ਰਹੀ ਹੈ। ਅਸੀਂ ਸਟੂਡੈਂਟਸ ਦਾ ਕੈਰੀਅਰ ਨਹੀਂ ਖਰਾਬ ਕਰਨਾ ਚਾਹੁੰਦੇ, ਉਹ ਤੁਹਾਡੇ ਜ਼ਰੀਏ ਅਪੀਲ ਵੀ ਹੈ ਪੇਰੈਂਟਸ ਨੂੰ ਤੇ ਟੀਚਰਸ ਨੂੰ ਖਾਸ ਤੌਰ ਤੇ, ਵੀ ਜਿਹੜਾ ਬੱਚਾ ਕੁਛ ਅੱਗੇ ਬਣਨਾ ਚਾਹੁੰਦਾ ਜਦੋਂ ਮੁਕੱਦਮਾ ਦਰਜ ਹੋ ਜਾਂਦਾ ਉਹਦਾ ਕੈਰੀਅਰ ਖਰਾਬ ਹੋ ਜਾਂਦਾ। ਇਹਦੇ ਵਿੱਚ ਵੀ ਸਾਨੂੰ ਟਿਪਸ ਦੇ ਵਿੱਚ ਕਈ ਸਟੂਡੈਂਟਸ ਦੀ ਆਈ ਹੈ,
ਅਸੀਂ ਉਹਨਾਂ ਦੀ ਕਾਉਂਸਲਿੰਗ ਕਰਾਂਗੇ, ਉਹਨਾਂ ਦੇ ਪੇਰੈਂਟਸ ਨੂੰ ਸਮਝਾਵਾਂਗੇ, ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੈਰੀਅਰ ਖਰਾਬ ਨਾ ਹੋ ਜਾਏ। ਜੇ ਵਾਰ ਵਾਰ ਸਮਝਣ ਦੇ ਬਾਵਜੂਦ ਵੀ ਨਹੀਂ ਸਮਝਣਗੇ, ਫਿਰ ਉਹਨਾਂ ਦੇ ਖਿਲਾਫ਼ ਜਿਵੇਂ 5 ਅਕਿਊਜ਼ ਫੜੇ ਆ, ਅਸੀਂ ਉਹਨਾਂ ਦੇ ਖਿਲਾਫ਼ ਵੀ ਕਾਰਵਾਈ ਕਰਾਂਗੇ। ਪਰਪਜ਼ ਇਹਦਾ ਇਹ ਹੈ ਵੀ ਚਾਈਲਡ ਪ੍ਰੋਨੋਗ੍ਰਾਫੀ ਨਾ ਚੱਲੇ, ਅਤੇ ਇੱਕ ਦੂਜਾ ਨਾਲ ਇਹ ਆ ਵੀ ਕੰਪੈਸ਼ਨੇਟ ਹਾਂ ਅਸੀਂ, ਅਸੀਂ ਹਮਦਰਦ ਪੁਲਿਸਿੰਗ, ਅਸੀਂ ਕਮਿਊਨਿਟੀ ਪੁਲਿਸਿੰਗ ਦੇ ਵਿੱਚ ਇਤਬਾਰ ਰੱਖਦੇ ਹਾਂ, ਉਹਦੇ 'ਚ ਵਿਸ਼ਵਾਸ ਰੱਖਦੇ ਹਾਂ ਵੀ ਤਾਂ ਕਿ ਕਿਸੇ ਦਾ ਕੈਰੀਅਰ ਨਾ ਖਰਾਬ ਹੋ ਜਾਏ, ਅਤੇ ਗਲਤ ਕੰਮਾਂ ਤੋਂ ਜਿਵੇਂ ਸਾਡੀ ਡਿਊਟੀ ਹੈ ਉਵੇਂ ਪੇਰੈਂਟਸ ਅਤੇ ਟੀਚਰ ਦੀ ਵੀ ਡਿਊਟੀ ਹੈ ਤਾਂ ਕਿ ਉਹਨਾਂ ਨੂੰ ਰੋਕ ਸਕੇ। ਥੈਂਕ ਯੂ ਸੋ ਮਚ। ਨਹੀਂ, ਇਹਨਾਂ ਇਹਨਾਂ ਨੇ ਆਪ ਨਹੀਂ ਬਣਾਈ, ਜਿਹੜੇ 5 ਫੜੇ ਆ ਇਹਨਾਂ ਨੂੰ ਕਿਤੋਂ ਸ਼ੇਅਰ ਹੋਈ ਹੈ, ਕਈ ਫੋਰਨ ਤੋਂ, ਕਈ ਇੰਟਰਨੈਟ ਤੋਂ ਚੱਕ ਕੇ ਕਿਤੋਂ ਨਾ ਕਿਤੋਂ। ਇੰਟਰਨੈਟ ਵਾਸਟ ਇੱਕ ਇਹੋ ਜਿਹਾ ਸਮੁੰਦਰ ਹੈ ਜਿਹਦੇ ਵਿੱਚ ਇੰਨੀ ਤਰ੍ਹਾਂ ਦੀ ਇਨਫੋਰਮੇਸ਼ਨ ਹੈ, ਪਰ ਗੱਲ ਕਿੱਥੇ ਹੈ, ਜਦੋਂ ਅਸੀਂ ਇਨਫੋਰਮੇਸ਼ਨ ਪਿੱਕ ਕਰ ਲੈਂਦੇ ਹਾਂ ਫਿਰ ਉਹਨੂੰ ਸ਼ੇਅਰ ਕਰਦੇ ਹਾਂ। ਜਿਹੜੀ ਹੁਣ ਇਨਫੋਰਮੇਸ਼ਨ ਤਾਂ ਹਰ ਗੰਦੀ ਮੰਦੀ ਇਨਫੋਰਮੇਸ਼ਨ ਇੰਟਰਨੈਟ 'ਤੇ ਪਈ ਹੈ, ਪਰ ਉਹਦੇ 'ਚ ਅਸੀਂ ਕੀ ਐਜੂਕੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਉਹਦੇ ਵਿੱਚੋਂ, ਜੇ ਤੁਸੀਂ ਪਹਿਲੀ ਗੱਲ ਤਾਂ ਅਵਾਇਡ ਕਰੋ, ਦੇਖੋ ਨਾ ਜੇ ਤੁਸੀਂ ਦੇਖ ਰਹੇ ਹਾਂ, ਕਿਉਂਕਿ ਹੁਣ ਕੀ ਗੱਲ ਹੈ, ਹਰ ਬੱਚੇ ਕੋਲ ਪੇਰੈਂਟਸ ਨੇ, ਉਹਨਾਂ ਨੂੰ ਲੈਪਟੋਪਸ ਜਾਂ ਟੈਬਲੇਟਸ ਜਾਂ ਮੋਬਾਈਲ ਫੋਨ, ਕਈ ਆਨਲਾਈਨ ਕਲਾਸਿਸ ਲੱਗਦੀਆਂ ਉਹਦੇ ਕਰਕੇ ਦਿੱਤੇ ਹੋਏ ਆ। ਬੱਚਿਆਂ ਦਾ ਪਤਾ ਹੀ ਨਹੀਂ ਪੇਰੈਂਟਸ ਨੂੰ, ਬੱਚੇ ਉਹਨੂੰ ਕਿੱਥੇ ਯੂਜ਼ ਕਰ ਰਹੇ ਆ, ਅਤੇ ਉਹ ਕਰਕੇ ਫਿਰ ਦੇਖਣ ਤੋਂ ਬਾਅਦ ਉਹ ਸ਼ੇਅਰ ਕਰਨਾ ਸ਼ੁਰੂ ਕਰਦੇ ਆ, ਬੇਸਮਝੀ ਸ਼ੇਅਰ ਕਰਨਾ, ਅਤੇ ਤੁਹਾਡੇ ਜ਼ਰੀਏ ਮੈਨੂੰ ਲੱਗਦਾ ਇੱਕ ਸਟਰੋਂਗ ਮੈਸੇਜ ਚਲਿਆ ਜਾਊਗਾ, ਅਸੀਂ ਬੱਚਿਆਂ ਦਾ ਕੈਰੀਅਰ ਨਹੀਂ ਖਰਾਬ ਕਰਨਾ ਚਾਹੁੰਦੇ। ਬਹੁਤ ਕੰਪੈਸ਼ਨੇਟ ਮੈਂ ਦੇਖਦਾ, ਅਸੀਂ ਬੱਚਿਆਂ ਨੂੰ ਆਪਦੇ ਬੱਚੇ ਸੋਚ ਕੇ ਉਹ ਅਸੀਂ ਵਰਕਿੰਗ ਕਰਦੇ ਹਾਂ ਵੀ ਇਹਨਾਂ ਦਾ ਕੈਰੀਅਰ ਨਾ ਖਰਾਬ ਹੋਵੇ, ਪਰ ਵਾਰ ਵਾਰ ਜਦੋਂ ਇਹ ਕਰਨਗੇ ਤਾਂ ਫਿਰ ਵੀ ਹੈਵ ਟੂ ਟੇਕ ਐਕਸ਼ਨ।